ਵੱਡੇ ਪੁਲਿਸ ਘੇਰੇ ਦੇ ਬਾਵਜੂਦ ਵੀ ਠੇਕਾ ਮੁਲਾਜ਼ਮਾਂ ਨੇ ਘੇਰਿਆ ਅੱਜ ਵਿੱਤ ਮੰਤਰੀ ਦਾ ਦਫ਼ਤਰ ਅਤੇ ਦਿੱਤਾ ਮੰਗ ਪੱਤਰ। ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਸੰਘਰਸ਼ ਕਰਦਾ ਆ ਰਿਹਾ, ਕਿਉਂਕਿ ਉਹਨਾਂ ਦੀ ਮੰਗ ਹੈ ਕਿ ਸਾਰੇ ਹੀ ਮਹਿਕਮੇ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮ ਬੈਠੇ ਆ ਉਹਨਾਂ ਨੂੰ ਪੱਕੇ ਕੀਤਾ ਜਾਵੇ। ਉਹ ਬਹੁਤ ਹੀ ਨਿਗੁਣੀਆਂ ਤਨਖਾਹਾਂ ਦੇ ਉੱਤੇ ਕੰਮ ਕਰ ਰਹੇ ਹਨ, ਅਤੇ ਲੇਕਿਨ ਸਰਕਾਰ ਵੱਲੋਂ ਇਹਨਾਂ ਦੀ ਕਿਸੇ ਵੀ ਗੱਲ 'ਤੇ ਗੌਰ ਨਹੀਂ ਕੀਤਾ ਜਾ ਰਿਹਾ, ਲਗਾਤਾਰ ਇਹਨਾਂ ਨੂੰ ਅਣਗੌਲਾ ਕੀਤਾ ਜਾ ਰਿਹਾ, ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਬਠਿੰਡਾ ਦੇ ਰੋਜ਼ ਗਾਰਡਨ ਤੋਂ ਇੱਕ ਰੋਸ ਮਾਰਚ ਕਰਦੇ ਹੋਏ ਵਿੱਤ ਮੰਤਰੀ ਦਫ਼ਤਰ ਤੱਕ ਪਹੁੰਚੇ ਅਤੇ ਉਹਨਾਂ ਨੇ ਵਿੱਤ ਮੰਤਰੀ ਦੇ ਦਫ਼ਤਰ ਵਿਖੇ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ਦੀ ਮੰਗ ਕੀਤੀ ਹੈ ਕਿ ਠੇਕਾ ਮੁਲਾਜ਼ਮਾਂ ਨੂੰ ਜਲਦੀ ਤੋਂ ਜਲਦੀ ਪੱਕਾ ਕੀਤਾ ਜਾਵੇ। ਆਉਣ ਵਾਲੀ 8 ਤਰੀਕ ਨੂੰ ਜੋ ਮੀਟਿੰਗ ਰੱਖੀ ਜਾ ਰਹੀ ਹੈ ਉਸ ਦੇ ਵਿੱਚ ਠੇਕਾ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ, ਨਹੀਂ ਤਾਂ ਸੰਘਰਸ਼ਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਆਉਣ ਵਾਲੀਆਂ ਚੋਣਾਂ ਦੇ ਵਿੱਚ ਜਦੋਂ ਵੀ ਇਹ ਪਿੰਡਾਂ ਦੇ ਵਿੱਚ ਲੀਡਰ ਬਣਨਗੇ, ਕਾਂਗਰਸ ਪਾਰਟੀ ਦੇ ਕੋਈ ਵੀ ਲੀਡਰ ਬਣੇਗਾ, ਤਾਂ ਉਹਨਾਂ ਦਾ ਲਗਾਤਾਰ ਵਿਰੋਧ ਕੀਤਾ ਜਾਵੇਗਾ। ਅਗਰ ਇਹਨਾਂ ਦੀ ਗੱਲ 'ਤੇ ਗੌਰ ਨਹੀਂ ਕੀਤਾ ਜਾ ਰਿਹਾ, ਦੇਖ ਰਹੇ ਹੋ ਵੱਡੀ ਗਿਣਤੀ ਪੁਲਿਸ ਫੋਰਸ ਵਿੱਤ ਮੰਤਰੀ ਦਫ਼ਤਰ ਦੇ ਬਾਹਰ ਲਗਾਈ ਹੈ, ਲੇਕਿਨ ਇਹਨਾਂ ਵੱਲੋਂ ਆਪਣਾ ਰੋਸ ਮਾਰਚ ਕਰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਦੇ ਬਾਹਰ ਆਪਣਾ ਧਰਨਾ ਦਿੱਤਾ ਜਾ ਰਿਹਾ ਅਤੇ ਇੱਥੇ ਆ ਕੇ ਇਹਨਾਂ ਵੱਲੋਂ। ਮੇਰਾ ਨਾਂ ਜੀ ਪ੍ਰੀਤ ਕੌਰ ਬਾਠ ਹੈ ਜੀ, ਪ੍ਰੀਤ ਕੌਰ ਬਾਠ ਜੀ। ਹਾਂਜੀ, ਕੀ ਕਹਿਣਾ ਜਿਹੜਾ ਪ੍ਰੋਟੈਸਟ ਕਰ ਰਹੇ? ਹਾਂਜੀ, ਅਸੀਂ ਜੀ ਮਨਪ੍ਰੀਤ ਸਾਹਿਬ ਨੂੰ ਜੀ ਮੰਗ ਪੱਤਰ ਦੇਣ ਆਏ ਹਾਂ ਜੀ, ਅਸੀਂ ਆਪਦਾ ਜੀ ਸਾਡੀ ਵੀ ਗੱਲ ਮੰਨੀ ਜਾਵੇ, ਸਾਡਾ ਮੰਗ ਪੱਤਰ ਲੈਤਾ ਜਾਵੇ, ਜਿਹੜੇ ਅਸੀਂ ਵਾਅਦੇ ਕੀਤੇ ਨੇ ਉਹ ਪੂਰੇ ਕੀਤੇ ਜਾਣ ਜੀ ਇਹਨਾਂ ਦੇ। ਹਾਂਜੀ, ਬੱਚੇ ਅੱਗੇ ਪਹਿਲਾਂ ਵੀ ਨਾਲ ਹੈ, ਮੇਰੀ ਗੁੜੀ ਆ ਜੀ ਨਾਲ, ਅਸੀਂ ਤਿੰਨੇ ਜਾਣੇ ਪਰਿਵਾਰ ਦੇ ਮੈਂਬਰ ਤਿੰਨੇ ਜਾਣੇ ਜੀ ਘਰ ਨੂੰ ਜਿੰਦਾ ਲਾ ਕੇ ਆਉਣਾ। ਬਹੁਤ ਮੁਸ਼ਕਲ ਨਾਲ ਗੁਜ਼ਾਰਾ ਹੋ ਰਿਹਾ, ਸਾਡਾ ਜੀ ਨਹੀਂ ਕਰਦਾ ਸੜਕਾਂ 'ਤੇ ਖਾਣ ਨੂੰ ਹੈਗਾ, ਪਰ ਸਾਡੀ ਮਜਬੂਰੀ ਆ ਜੀ, ਟਾਈਮ ਪਾਸ ਨਹੀਂ ਹੁੰਦਾ ਹੈਗਾ। 8000 ਨਾਲ ਗੁਜ਼ਾਰਾ ਕਰੀਏ, ਬੱਚਿਆਂ ਨੂੰ ਦਵਾ ਪੜ੍ਹਾਈਏ, ਕਿ ਦਵਾਈਆਂ ਬੂਟੀਆਂ ਲਵੀਏ ਲਈਏ, ਕਿ ਬਿੱਲ ਭਰੀਏ, ਬਿਜਲੀ ਦੇ ਕਿ ਸਿਲੰਡਰ ਭਰਾਈਏ, ਚੰਨੀ ਸਰਕਾਰ ਇਹ ਜਵਾਬ ਤਾਂ ਦੇਵੇ, ਅਸੀਂ ਕਰੀਏ ਕੀ ਕਰੀਏ, ਬਹੁਤ ਮੁਸ਼ਕਲ ਨਾਲ ਗੁਜ਼ਾਰਾ ਹੋ ਰਿਹਾ ਜੀ ਸਾਡਾ। ਪਹਿਲਾਂ ਵੀ ਕਾਫੀ ਪ੍ਰੋਟੈਸਟ ਕੀਤਾ ਗਿਆ ਤੁਹਾਡੇ ਵੱਲੋਂ, ਤੇ ਹੁਣ ਤੱਕ ਵੀ ਕਰੀ ਜਾਂਦੇ, ਕੀ ਉਮੀਦ ਰੱਖਦੇ? ਸਾਨੂੰ ਉਮੀਦ ਸੀ ਚੰਨੀ ਸਰਕਾਰ ਤੋਂ, ਪਰ ਦਿਵਾਲੀ ਤੇ ਕਹਿੰਦੇ ਸੀ ਤੋਹਫਾ ਦੇਵਾਂਗੇ, ਸਾਰੀਆਂ ਉਮੀਦਾਂ ਤਾਂ ਸਾਡੇ ਪਾਣੀ ਹੀ ਫੇਰਤਾ ਜੀ ਇਹਨਾਂ ਨੇ, ਪਰ ਸਾਨੂੰ ਹਜੇ ਵੀ ਅਸੀਂ ਕਹਿੰਦੇ ਵੀ ਸਾਡੀ ਗੱਲ ਸੁਣੀ ਜਾਵੇ ਚੰਨੀ ਸਰਕਾਰ ਨੂੰ ਜੀ, ਸੁਣਨੀ ਚਾਹੀਦੀ ਆ ਜੀ, ਅਸੀਂ ਮਰਿੰਡਾ ਸ਼ਹਿਰ ਦੇ ਧਰਤੀ ਤੇ ਬੈਠੇ ਆ ਜੀ, ਸਾਨੂੰ ਕਿੰਨਾ ਟਾਈਮ ਬੈਠੇ ਨੂੰ ਹੋ ਗਿਆ ਜੀ, ਸਾਡੀ ਗੱਲ ਸੁਣਨੀ ਚਾਹੀਦੀ ਆ ਜੀ। ਘਰਾਂ 'ਚ ਲਾ ਕੇ ਤਾਂ ਉਹ ਕਿਤੇ ਦੀਵੇ ਬੁਲਾਉਂਦੇ ਆ, ਕਦੇ ਕੁਛ ਕਰਦੇ ਆ, ਜਿਹੜੇ ਮਰਿੰਡਾ ਸ਼ਹਿਰ ਦੇ ਸੜਕਾਂ ਤੇ ਬੈਠੇ ਉਹ ਦੀਂਦੇ ਨਹੀਂ ਚੰਨੀ ਸਰਕਾਰ ਨੂੰ ਹੈਗੇ ਜੀ, ਸਾਡੇ ਬੱਚੇ ਰੋ ਰਹੇ ਆ ਜੀ ਮਰਿੰਡਾ ਸ਼ਹਿਰ ਤੇ। ਵੀਰ ਕੌਰ ਬਾਠ ਜੀ, ਕੀ ਕਹਿੰਦੇ ਜੀ ਅੱਜ ਤੁਸੀਂ ਮੰਮੀ ਪਾਪਾ ਨਾਲ ਆਏ ਹੋ? ਅਸੀਂ ਜੀ ਮੰਗ ਪੱਤਰ ਦੇਣ ਆਏ ਹਾਂ ਮਨਪ੍ਰੀਤ ਬਾਦਲ ਨੂੰ, ਆਪਦੀਆਂ ਹੱਕੀ ਮੰਗਾਂ ਵਾਸਤੇ, ਵੀ ਸਾਡੇ ਨਾਲ ਬੈਠ ਕੇ ਗੱਲ ਕਰਨ ਮਨਪ੍ਰੀਤ ਬਾਦਲ, ਵੀ ਜਿਹੜੀਆਂ ਸਾਡੀਆਂ ਹੱਕੀ ਮੰਗਾਂ ਨੇ ਉਹ ਸੁਣੀਆਂ ਜਾਣ। ਤੁਹਾਨੂੰ ਵੀ ਇੰਨਾ ਮਜਬੂਰ ਹੋ ਗਿਆ ਕਿ ਮੰਮੀ ਪਾਪਾ ਨਾਲ? ਹਾਂਜੀ, ਸਾਨੂੰ ਮਜਬੂਰ ਹੋਣਾ ਪੈਂਦਾ, ਕਿਉਂਕਿ ਸਾਡੀਆਂ ਜਿਹੜੀਆਂ ਫੀਸਾਂ ਉਹ ਵੀ ਸਾਡੇ ਮਾਂ ਬਾਪ ਵੀ ਦਿੰਦੇ ਨੇ, ਵੀ ਅਸੀਂ ਵਧੀਆ ਪਰਵਰਿਸ਼ ਲੈ ਸਕੀਏ, ਵਧੀਆ ਆਪਣੇ ਭਵਿੱਖ ਨੂੰ ਸਾਕਾਰ ਕਰ ਸਕੀਏ। ਗੱਲ ਕਰ, ਇਹ ਸਰਕਾਰਾਂ ਹਰੇਕ ਵਾਰ ਸਾਡੇ ਚੋਣਾਂ ਵੇਲੇ ਕੀਤੇ ਗਏ ਵਾਅਦੇ ਪੂਰੇ ਨਹੀਂ ਕਰਦੀਆਂ। ਕਿਹੜੇ ਕਾਗਜ਼ ਤੇ ਲਿਖਿਆ ਵੀ ਉਹਨਾਂ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ, ਇਹ ਸਿਰਫ ਝੂਠ ਮਾਰਦੇ ਨੇ ਵੀ ਅਸੀਂ ਮੰਗਾਂ ਪੂਰੀਆਂ ਕਰਦੀਆਂ। ਮੇਰਾ ਨਾਂ ਗੁਰਵਿੰਦਰ ਸਿੰਘ ਹੈ ਜੀ, ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦਾ ਸੂਬੇ ਆਗੂ ਹਾਂ ਜੀ। ਸਰਕਾਰ ਨੂੰ ਅੱਜ ਅਸੀਂ ਜਿੱਥੇ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕਰਿਆ ਸੀਗਾ, ਪਰ ਅੱਜ 4.5 ਸਾਲ ਬੀਤ ਗਏ, ਸਰਕਾਰ ਨੇ ਕੋਈ ਫੈਸਲਾ ਨਹੀਂ ਕੀਤਾ। ਅਸੀਂ ਲਗਾਤਾਰ 2 ਮਹੀਨਿਆਂ ਤੋਂ ਪੱਕਾ ਮੋਰਚਾ ਲਾ ਕੇ ਬੈਠੇ ਹਾਂ, ਪਰਿਵਾਰਾਂ ਬੱਚਿਆਂ ਸਮੇਤ ਨਿੱਕੇ ਨਿੱਕੇ ਬੱਚੇ ਆ, ਅਤੇ ਚੰਨੀ ਸਾਹਿਬ ਜਿਹੜੇ ਕਹਿੰਦੇ ਸੀ ਚਿਹਰਾ ਬਦਲ ਗਿਆ, ਹੁਣ ਮੁੱਖ ਮੰਤਰੀ ਬਦਲ ਗਿਆ, ਲੋਕਾਂ ਦੇ ਕੰਮ ਹੋਣਗੇ, ਪਰ ਸਾਨੂੰ ਪਤਾ ਸੀ ਸਿਰਫ ਚਿਹਰਾ ਬਦਲਿਆ, ਨੀਤੀਆਂ ਤਾਂ ਇੱਕੋ ਨੇ ਇਹ। ਜਿਹੜੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ 24 ਘੰਟੇ ਮੇਰਾ ਫੋਨ ਚੱਲਦਾ ਹੁੰਦਾ, 24 ਘੰਟੇ ਜਦੋਂ ਮਰਜ਼ੀ ਮੇਰੇ ਕੋਲ ਘਰ ਆ ਜਾਵੇ, ਮੈਂ ਹਰ ਇੱਕ ਦੀ ਗੱਲ ਸੁਣਦਾ, ਪਰ 2 ਮਹੀਨੇ ਆ ਜਿਹੜੇ ਕੱਚੇ ਮੁਲਾਜ਼ਮਾਂ ਇਹ ਬੈਠੇ ਨਹੀਂ ਦਿੰਦੇ। ਪਰ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਜੇਕਰ ਚੋਣ ਜ਼ਾਬਤਾ ਵੀ ਲੱਗ ਗਿਆ ਸਰਕਾਰ ਨੂੰ, ਐਂ ਚੋਣ ਜ਼ਾਬਤਾ ਲੱਗ ਗਿਆ, ਅਸੀਂ ਹੱਥ ਖੜੇ ਕਰ ਦਾਂਗੇ, ਹੁਣ ਤਾਂ ਚੋਣ ਜ਼ਾਬਤਾ ਲੱਗ ਗਿਆ, ਟਾਈਮ ਟਪਾ ਰਿਹਾ, ਪਰ ਅਸੀਂ ਜੇਕਰ ਚੋਣ ਜ਼ਾਬਤਾ ਵੀ ਲੱਗ ਗਿਆ, ਅਸੀਂ ਆਪਦਾ ਥੱਲੋਂ ਤੱਕ ਤਿਆਰੀਆਂ ਕੀਤੀਆਂ ਹੋਈਆਂ ਪਰਿਵਾਰਾਂ ਬੱਚਿਆਂ ਸਮੇਤ, ਜਦੋਂ ਇਹਨਾਂ ਲੋਕਾਂ ਤੋਂ ਵੋਟਾਂ ਮੰਗਣ ਜਾਣੀਆਂ ਉੱਥੇ ਅਸੀਂ ਇਹਨਾਂ ਦਾ ਮੈਨੀਫੈਸਟੋ, ਇਹਨਾਂ ਦੇ ਵੀਡੀਓ ਲੈ ਕੇ ਜਾਣੇ ਵੀ ਆਹ ਕਿਹਾ ਸੀ ਤੁਸੀਂ, ਇਹਦੇ ਬਾਰੇ ਤੁਸੀਂ ਕੀ ਕੀਤਾ, ਇਹ ਅਸੀਂ ਤਿਆਰੀ ਕੀਤੀ ਹੋਈ ਆ। ਅੱਜ ਦਾ ਕਿਸ ਤਰ੍ਹਾਂ ਪ੍ਰੋਟੈਸਟ ਕੀਤਾ ਗਿਆ? ਅੱਜ ਅਸੀਂ ਆਪਦਾ ਪਰਿਵਾਰਾਂ ਬੱਚਿਆਂ ਸਮੇਤ ਸਰਕਾਰ ਨੂੰ ਚੇਤਾਵਨੀ ਕਰਨ ਆਏ, ਆਪਦਾ ਮੰਗ ਪੱਤਰ ਦੇਣ ਆਏ ਵੀ ਸਰਕਾਰ ਸੋਚ ਲਏ, ਇਹ ਗੱਲ ਪਰਖ ਲਏ, ਕਿਉਂਕਿ ਅਸੀਂ ਲਗਾਤਾਰ ਸਰਕਾਰ ਤੋਂ ਪਹਿਲਾਂ ਮੰਗ ਪੱਤਰ ਦਿੱਤਾ, 4.5 ਸਾਲ ਮੂੰਹ ਵੱਲ ਵਹਿੰਦੇ ਰਹੇ ਹਾਂ ਵੀ ਸਰਕਾਰ ਕੱਚੇ ਮੁਲਾਜ਼ਮ ਪੱਕੇ ਕਰੂਗੀ, ਪਰ ਸਰਕਾਰ ਨੇ ਵੱਖ ਵੱਖ ਵਿਭਾਗਾਂ 'ਚ ਲੋਕਾਂ 'ਚ ਸੇਵਾ ਕਰਦੇ ਜਿਹੜੇ ਮੁਲਾਜ਼ਮ ਆ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ, 8-8 ਹਜ਼ਾਰ 'ਤੇ ਆਪਦਾ ਜੂਣ ਗੁਜ਼ਾਰਾ ਕਰਨ ਨੂੰ, ਖੁਦਕੁਸ਼ੀਆਂ ਕਰਨ ਨੂੰ, ਇਹ ਕੰਮ ਮਜਬੂਰ ਨੇ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।